ਅਕਸਰ ਅਧਿਆਪਕਾਂ ਨੂੰ ਇਹਨਾਂ ਚੀਜ਼ਾਂ ਦੀ ਮੰਗ ਰਹਿੰਦੀ ਹੈ ਅਧਿਆਪਕਾਂ ਦੀ ਕਿ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਜਿਹੜੀਆਂ ਉਹਨਾਂ ਨੂੰ ਲੇਖਕਾਂ ਨਾਲ ਜਾਂ ਸਾਹਿਤ ਨਾਲ ਵਾਬਸਤਾ ਕਰਾਉਣ। ਤਾਂ ਅਸੀਂ ਇਹ ਸਾਰੀਆਂ ਚੀਜ਼ਾਂ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਤਿਆਰ ਕਰਨ ਲੱਗੇ ਹਾਂ ਅਤੇ ਇਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਆਏ ਹਾਂ। ਅਸੀਂ ਜਿੱਦਾਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ ਕੁਝ ਸਲੋਗਨ ਲਿਖੇ ਨੇ ਅਤੇ ਖਾਸ ਕਰਕੇ ਜਿਹੜੇ ਮੋਟੀਵੇਸ਼ਨਲ ਕੋਟੇਸ਼ਨਸ ਹੁੰਦੀਆਂ ਨੇ ਜਾਂ ਮੋਟੀਵੇਸ਼ਨਲ ਸ਼ਾਇਰੀ ਹੈ ਉਸ ਨੂੰ ਅਸੀਂ ਇਹਨਾਂ ਪੋਸਟਰਾਂ ਦੇ ਉੱਪਰ ਲੈ ਕੇ ਆਉਂਦੇ ਹਾਂ। 8ਵੀਂ 9ਵੀਂ ਕਲਾਸ ਤੋਂ ਇਹਨਾਂ ਨੇ ਫੋਟੋਗ੍ਰਾਫੀ ਸਟਾਰਟ ਕਰਤੀ ਸੀ ਅਤੇ ਇਹ ਪੇਂਡੂ ਕਲਚਰ ਫੋਟੋਗ੍ਰਾਫੀ ਕਰਦੇ ਨੇ, ਪੇਂਡੂ ਸੱਭਿਆਚਾਰ ਨੂੰ ਆਪਣੀਆਂ ਫੋਟੋਆਂ ਰਾਹੀਂ ਲੋਕਾਂ ਤੱਕ ਲੈ ਕੇ ਜਾਂਦੇ ਨੇ ਉਹਨੂੰ। ਅਤੇ ਸਗੋਂ ਲੋਕ ਖੁਸ਼ ਹੁੰਦੇ ਨੇ ਕਿ ਸੁਖਜੀਵਨ ਸਾਡੀ ਫੋਟੋ ਖਿੱਚ ਰਿਹਾ ਹੈਗਾ। ਸਾਡੇ ਮਾਤਾ ਪਿਤਾ, ਸਾਡੇ ਅਧਿਆਪਕ ਸਾਹਿਬਾਨ ਅਕਸਰ ਇਹ ਗਲਤੀਆਂ ਕਰ ਜਾਂਦੇ ਨੇ ਕਿ ਵਿਦਿਆਰਥੀ ਜੋ ਬਣਨਾ ਚਾਹੁੰਦਾ, ਵਿਦਿਆਰਥੀ ਜੋ ਕਰਨਾ ਚਾਹੁੰਦਾ, ਅਸੀਂ ਉਹਨੂੰ ਉੱਧਰ ਤੋਰਦੇ ਨਹੀਂ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆ, ਤੁਸੀਂ ਜੁੜੇ ਹੋਏ ਸਿਰਲੇਖ ਦੇ ਨਾਲ। ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਬੋਹਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਦੇ ਵਿਹੜੇ ਵਿੱਚ ਉਹ ਨਾਟਕ ਮੇਲਾ ਜਿਹੜਾ ਕਦੇ ਬੋਹਾ ਦੇ ਵਿਹੜੇ ਵਿੱਚ ਹੁੰਦਾ ਸੀ, ਉਹ ਨਾਟਕ ਮੇਲਾ ਜਿਹੜਾ ਬੋਹਾ ਦੇ ਅਲੱਗ ਅਲੱਗ ਪਿੰਡਾਂ 'ਚੋਂ ਹੁੰਦਾ ਹੋਇਆ ਅੱਜ ਮਾਨਸਾ ਪਹੁੰਚਿਆ ਹੋਇਆ। ਉੱਥੇ ਬਹੁਤ ਸਾਰੇ ਲੋਕ, ਉਹ ਕਲਾਵਾਨ ਲੋਕ ਜਿਹੜੀਆਂ ਆਪਣੀਆਂ ਆਪਣੀਆਂ ਕਲਾਵਾਂ ਲੈ ਕੇ ਆਏ ਹੋਏ ਨੇ। ਮੇਰੇ ਨਾਲ ਬਾਈ ਸੁਖਜੀਵਨ ਅਤੇ ਉਹਦਾ ਇੱਕ ਸਾਥੀ ਹੈ ਅਤੇ ਤਸਵੀਰਾਂ ਹਮੇਸ਼ਾ ਅਤੀਤ ਦੀਆਂ ਯਾਦਾਂ ਹੁੰਦੀਆਂ ਨੇ ਅਤੇ ਤਸਵੀਰਾਂ ਹਰੇਕ ਬੰਦਾ ਸਾਂਭਣਾ ਚਾਹੁੰਦਾ, ਉਹਨਾਂ ਤਸਵੀਰਾਂ ਜ਼ਰੀਏ ਹਮੇਸ਼ਾ ਬੰਦਾ ਆਪਣੇ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਕਰਦਾ। ਜੀਵਨ ਕੀ ਹਾਲ ਹੈ? ਬਹੁਤ ਵਧੀਆ ਜੀ, ਸ਼ੁਕਰੀਆ ਸਿਰਲੇਖ, ਤੁਸੀਂ ਇੱਥੇ ਆਏ ਜੀ। ਇੱਕ ਅਧਿਆਪਕ ਹੋਣ ਦੇ ਨਾਲ ਨਾਲ ਫੋਟੋਗ੍ਰਾਫੀ ਦੇ ਵਿੱਚ ਹੱਥ ਅਜਮਾਈ ਕਰ ਰਹੇ ਹੋ, ਸ਼ੌਂਕ ਹੈ, ਪ੍ਰੋਫੈਸ਼ਨਲ ਬਣਾਉਣਾ ਚਾਹੁੰਦੇ ਹੋ, ਕੀ ਸੁਖਜੀਵਨ ਸੋਚਦਾ? ਫੋਟੋਗ੍ਰਾਫੀ ਮੇਰਾ ਸ਼ੌਂਕ ਹੈ ਅਤੇ ਫੋਟੋਗ੍ਰਾਫੀ ਦੇ ਨਾਲ ਨਾਲ ਅਸੀਂ ਹੁਣ ਆਪਣੀਆਂ ਹੀ ਖਿੱਚੀਆਂ ਹੋਈਆਂ ਫੋਟੋਆਂ ਨੂੰ ਪੋਸਟਰ ਦਾ ਰੂਪ ਦੇ ਕੇ ਲੋਕਾਂ ਦੇ ਵਿੱਚ ਲੈ ਕੇ ਆਏ ਹਾਂ। ਅਤੇ ਉਹਦਾ ਇੱਕ ਕਾਰਨ ਇਹ ਹੈ ਕਿ ਬਤੌਰ ਅਧਿਆਪਕ ਅਸੀਂ ਇਹ ਦੇਖਦੇ ਹਾਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਲਈ ਅਕਸਰ ਅਧਿਆਪਕਾਂ ਨੂੰ ਇਹਨਾਂ ਚੀਜ਼ਾਂ ਦੀ ਮੰਗ ਰਹਿੰਦੀ ਹੈ ਅਧਿਆਪਕਾਂ ਦੀ ਕਿ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਜਿਹੜੀਆਂ ਉਹਨਾਂ ਨੂੰ ਲੇਖਕਾਂ ਨਾਲ ਜਾਂ ਸਾਹਿਤ ਨਾਲ ਵਾਬਸਤਾ ਕਰਾਉਣ। ਤਾਂ ਅਸੀਂ ਇਹ ਸਾਰੀਆਂ ਚੀਜ਼ਾਂ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਤਿਆਰ ਕਰਨ ਲੱਗੇ ਹਾਂ ਅਤੇ ਇਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਆਏ ਹਾਂ। ਕੀ ਲੱਗਦਾ ਕਿ ਤਸਵੀਰਾਂ ਕੀ ਸਿਖਾਉਂਦੀਆਂ ਨੇ ਇਨਸਾਨ ਨੂੰ? ਇਹ ਜਿਹੜੇ ਤੁਸੀਂ ਸ਼ਬਦ ਲਿਖੇ ਨੇ ਕੀ ਸੋਚ ਕੇ ਲਿਖਦੇ ਹੋ? ਕਿਹੜੇ ਸ਼ਬਦਾਂ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ? ਕਿਵੇਂ ਸ਼ਬਦਾਂ ਦੀ ਚੋਣ ਕਰਦੇ ਹੋ? ਅਸੀਂ ਜਿੱਦਾਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ ਕੁਝ ਸਲੋਗਨ ਲਿਖੇ ਨੇ ਅਤੇ ਖਾਸ ਕਰਕੇ ਜਿਹੜੇ ਮੋਟੀਵੇਸ਼ਨਲ ਕੋਟੇਸ਼ਨਸ ਹੁੰਦੀਆਂ ਨੇ ਜਾਂ ਮੋਟੀਵੇਸ਼ਨਲ ਸ਼ਾਇਰੀ ਹੈ ਉਸ ਨੂੰ ਅਸੀਂ ਇਹਨਾਂ ਪੋਸਟਰਾਂ ਦੇ ਉੱਪਰ ਲੈ ਕੇ ਆਉਂਦੇ ਹਾਂ ਅਤੇ ਪੋਸਟਰਾਂ ਰਾਹੀਂ ਲੋਕਾਂ ਤੱਕ ਲੈ ਕੇ ਜਾਂਦੇ ਹਾਂ। ਅਤੇ ਸਾਡੇ ਨਾਲ ਹੀ ਇਹ ਹਰਪ੍ਰੀਤ ਸਿੰਘ ਨੇ ਵਿਦਿਆਰਥੀ ਨੇ, ETT ਕਰ ਰਹੇ ਨੇ ਅਤੇ 8ਵੀਂ 9ਵੀਂ ਕਲਾਸ ਤੋਂ ਇਹਨਾਂ ਨੇ ਫੋਟੋਗ੍ਰਾਫੀ ਸਟਾਰਟ ਕਰਤੀ ਸੀ।
ਤੇ ਇਹ ਪੇਂਡੂ ਕਲਚਰ ਫੋਟੋਗ੍ਰਾਫੀ ਕਰਦੇ ਨੇ, ਪੇਂਡੂ ਸੱਭਿਆਚਾਰ ਨੂੰ ਆਪਣੀਆਂ ਫੋਟੋਆਂ ਰਾਹੀਂ ਲੋਕਾਂ ਤੱਕ ਲੈ ਕੇ ਜਾਂਦੇ ਨੇ, ਉਹਨੂੰ ਸਾਂਭਣ ਦੀ ਕੋਸ਼ਿਸ਼ ਕਰਦੇ ਨੇ। ਖਾਸ ਕਰ ਜਿਹੜੀ ਪੁਰਾਣੀ ਭਵਨ ਨਿਰਮਾਣ ਕਲਾ ਗਈ ਪੰਜਾਬ ਦੀ, ਜਿਹਦੇ ਵਿੱਚ ਦਰਵਾਜ਼ੇ ਆ ਗਏ, ਹਵੇਲੀਆਂ ਆ ਗਈਆਂ, ਜਾਂ ਹੋਰ ਬਹੁਤ ਸਾਰਾ ਕੁਛ ਜਿਹੜਾ ਕਿ ਹੁਣ ਖੁਰਨ ਲੱਗਿਆ ਹੋਇਆ ਹੈਗਾ, ਉਹਨੂੰ ਇਹ ਸਾਂਭਣ ਦੀ ਕੋਸ਼ਿਸ਼ ਕਰ ਰਹੇ ਨੇ, ਉਹਦੀ ਡਾਕੂਮੈਂਟੇਸ਼ਨ ਕਰ ਰਹੇ ਨੇ, ਅਤੇ ਇਹਨਾਂ ਦਾ ਵੀ ਬਹੁਤ ਸੋਹਣਾ ਕੰਮ ਹੈ। ਤਸਵੀਰਾਂ ਖਿੱਚਣ ਲੱਗੇ ਸੋਚਦੇ ਹੋ ਵੀ ਆਹ ਤਸਵੀਰ ਕਰਨੀ ਹੈ, ਇਹ ਨਹੀਂ ਕਰਨੀ, ਜਾਂ ਸੁਖਜੀਵ ਤਸਵੀਰਾਂ ਕਰਨ ਲੱਗੇ ਕੀ ਸੋਚ ਕੇ ਚੱਲਦਾ? ਮੈਂ ਜ਼ਿਆਦਾਤਰ ਜਿਹੜੀਆਂ ਤਸਵੀਰਾਂ ਕਰਦਾ ਉਹ ਕੈਂਡਿਡ ਫੋਟੋਗ੍ਰਾਫੀ ਹੁੰਦੀ ਹੈ, ਜਿਹਦੇ ਵਿੱਚ ਜਿਹਦੀ ਫੋਟੋ ਖਿੱਚੀ ਜਾ ਰਹੀ ਹੁੰਦੀ ਹੈ। ਅਕਸਰ ਉਹਨਾਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਸਾਡੀ ਫੋਟੋ ਖਿੱਚੀ ਜਾ ਰਹੀ ਹੈ, ਅਤੇ ਭਾਵੇਂ ਕਿ ਹਰ ਕਿਸੇ ਦੀ ਫੋਟੋ ਇਸ ਤਰ੍ਹਾਂ ਨਹੀਂ ਖਿੱਚੀ ਜਾਂਦੀ, ਪਰ ਜਿਹੜੇ ਲੋਕ ਪਹਿਲਾਂ ਹੀ ਚਰਚਿਤ ਚਿਹਰੇ ਨੇ ਸਮਾਜ ਦੇ ਜਾਂ ਪਬਲਿਕ ਫਿਗਰ ਨੇ, ਉਹਨਾਂ ਨੂੰ ਇਸ ਗੱਲ 'ਤੇ ਕੋਈ ਬਹੁਤਾ ਇਤਰਾਜ਼ ਨਹੀਂ ਹੁੰਦਾ ਕਿ ਕੋਈ ਉਹਨਾਂ ਦੀ ਫੋਟੋ ਖਿੱਚ ਲੈਂਦਾ ਗਾ ਜਾਂ ਵਰਤ ਲੈਂਦਾ ਗਾ। ਤਾਂ ਉਸ ਤਰ੍ਹਾਂ ਦੇ ਲੋਕਾਂ ਦੀਆਂ ਅਕਸਰ ਅਸੀਂ ਸਾਹਿਤਕ ਪ੍ਰੋਗਰਾਮਾਂ ਦੇ ਵਿੱਚ, ਮੇਲਿਆਂ ਦੇ ਵਿੱਚ ਤਸਵੀਰਾਂ ਲੈਂਦੇ ਹਾਂ। ਉਸ ਤੋਂ ਬਿਨਾਂ ਕੁਦਰਤ ਨਾਲ ਜੁੜੀ ਹੋਈ ਫੋਟੋਗ੍ਰਾਫੀ ਮੈਂ ਕਰਦਾ, ਕੁਦਰਤ ਦੇ ਬਹੁਤ ਸਾਰੇ ਪਸਾਰ ਨੇ, ਅਤੇ ਉਹਨਾਂ ਪਸਾਰਾਂ ਦੇ ਵਿੱਚੋਂ ਥੋੜ੍ਹਾ ਥੋੜ੍ਹਾ ਜਿੰਨਾ ਕੁ ਅਸੀਂ ਚੁੱਕ ਸਕਦੇ ਹਾਂ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬ ਦੇ ਨਹੀਂ, ਪੂਰੇ ਭਾਰਤ ਦੇ ਸਿੱਖਿਆ ਢਾਂਚੇ ਦੀ ਇੱਕ ਸਮੱਸਿਆ ਹੈ ਕਿ ਸਾਡੇ ਹੁਨਰਾਂ ਨੂੰ ਉਸ ਤਰੀਕੇ ਨਾਲ, ਆਪਣੀ ਸਕਿੱਲ ਨੂੰ ਡਿਵੈਲਪ ਨਹੀਂ ਕੀਤਾ ਜਾਂਦਾ। ਸਾਡੇ ਵਿਦਿਆਰਥੀ ਅੱਜ ਵੀ ਸਾਡੀ ਐਜੂਕੇਸ਼ਨ ਡਿਗਰੀਆਂ ਵਿੱਚ ਉਲਝੇ ਹੋਏ ਨੇ। ਤੁਹਾਨੂੰ ਕੀ ਲੱਗਦਾ ਕਿ ਫੋਟੋਗ੍ਰਾਫੀ ਦੇ ਜ਼ਰੀਏ ਬੰਦਾ ਆਪਣੀ ਪ੍ਰੋਫੈਸ਼ਨ ਜ਼ਰੀਏ ਕੋਈ ਤਰੱਕੀ ਦੇ ਰਾਹ ਹੈਗੇ ਨੇ? ਜਿਹੜੀ ਫੋਟੋਗ੍ਰਾਫੀ ਤੁਸੀਂ ਕਰਦੇ ਹੋ, ਆਮ ਤੌਰ 'ਤੇ ਬਹੁਤ ਸਾਰੇ ਨੌਜਵਾਨ ਵਿਆਹਾਂ ਦੀਆਂ ਫੋਟੋਗ੍ਰਾਫੀਆਂ ਦੇ ਵਿੱਚ ਉਲਝੇ ਹੋਏ ਨੇਗੇ, ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਨੇ, ਤੁਹਾਨੂੰ ਲੱਗਦਾ ਵੀ ਇਸ ਜ਼ਰੀਏ ਰੁਜ਼ਗਾਰ ਕਮਾਇਆ ਜਾ ਸਕਦਾ? ਬਿਲਕੁਲ, ਬਹੁਤ ਸਾਰੇ ਲੋਕ ਫੋਟੋਗ੍ਰਾਫੀ ਰਾਹੀਂ ਆਪਣਾ ਰੁਜ਼ਗਾਰ ਸਥਾਪਿਤ ਕਰ ਰਹੇ ਨੇ। ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਸਾਡਾ ਮਿੱਤਰ ਹੈ ਰਵਨ ਖੋਸਾ, ਉਸਨੇ ਪੰਜਾਬ ਦੇ ਵਿੱਚ ਇੱਕ ਆਪਣਾ ਵੱਡਾ ਨਾਮ ਬਣਾਇਆ। ਸਿਰਫ ਪੰਜਾਬ ਦੇ ਵਿੱਚ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਉਸਦੀਆਂ ਫੋਟੋਜ਼ ਦੀ ਡਿਮਾਂਡ ਹੈ, ਅਤੇ ਬਤੌਰ ਪ੍ਰੋਫੈਸ਼ਨਲ ਵੀ ਉਹ ਅੱਜ ਕੱਲ੍ਹ ਬਹੁਤ ਸੋਹਣਾ ਕੰਮ ਕਰ ਰਿਹਾ। ਇਸ ਤੋਂ ਬਿਨਾਂ ਪਾਕਿਸਤਾਨ ਦੇ ਵਿੱਚੋਂ ਹਸਨ ਤਲਾਲ ਟਿਵਾਣਾ ਨੇ, ਉਹਨਾਂ ਦੀਆਂ ਵਿਦਿਆਰਥੀ ਜੀਵਨ ਦੇ ਵਿੱਚ ਖਿੱਚੀਆਂ ਹੋਈਆਂ ਫੋਟੋਆਂ ਵਿਸ਼ਵ ਦੇ ਵਿੱਚ ਜਾਣੀਆਂ ਪਹਿਚਾਣੀਆਂ ਨੇ, ਅਤੇ ਕੁਝ ਦੇਸ਼ਾਂ ਦੇ ਸਿਲੇਬਸ ਦੇ ਵਿੱਚ ਵੀ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ। ਕਿੰਨਾ ਚਿਰ ਹੋ ਗਿਆ ਤੈਨੂੰ ਫੋਟੋਗ੍ਰਾਫੀ ਕਰਦੇ ਨੂੰ? ਮੈਨੂੰ ਲਗਭਗ, ਮੈਂ 2018 ਤੋਂ ਫੋਟੋਗ੍ਰਾਫੀ ਸ਼ੁਰੂ ਕੀਤੀ ਹੈ, ਮਤਲਬ ਪੱਕੇ ਪੈਰੀ। ਉਸ ਤੋਂ ਪਹਿਲਾਂ ਮੈਂ ਮੋਬਾਈਲ ਨਾਲ ਥੋੜ੍ਹਾ ਬਹੁਤ ਕੋਸ਼ਿਸ਼ ਕਰਦਾ ਸੀ, ਪਰ ਇਸ ਬਾਰੇ ਜੁੜਨ ਦੇ ਵਿੱਚ ਮੈਂ 2014 ਤੋਂ ਮਤਲਬ ਇੱਧਰ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਅਜਿਹਾ ਕੋਈ ਪਲ ਹੈ ਜਿਹੜਾ ਫੋਟੋਗ੍ਰਾਫੀ ਵੇਲੇ ਤੁਸੀਂ ਫੋਟੋ ਖਿੱਚ ਦਿੰਦੇ ਹੋ, ਬਾਅਦ 'ਚ ਫੇਸਬੁੱਕ 'ਤੇ ਅਪਲੋਡ ਕਰਦੇ ਹੋ, ਜੋ ਕੋਈ ਘਟਨਾ ਅਜਿਹੀ ਜਿਹੜੀ ਸਕੂਨ ਦਿੰਦੀ ਹੈ ਵਾਰੀ ਵਾਰੀ, ਜਿਹੜੀ ਕੋਈ ਹਾਸੋ ਨਹੀਂ ਗੱਲ ਵਾਪਰ ਜਾਂਦੀ ਕਈ ਵਾਰ ਵੀ ਐਂ ਕੀਤਾ ਸੀ ਯਾਰ ਐਂ ਹੋ ਗਿਆ? ਅਕਸਰ ਕਿਉਂਕਿ ਮੇਰੇ ਕੋਲ ਬਹੁਤ ਸਾਰੇ ਚਿਹਰਿਆਂ ਦੀਆਂ ਫੋਟੋਆਂ ਹੁੰਦੀਆਂ ਨੇ, ਅਤੇ ਉਹ ਚਿਹਰੇ ਖਾਸ ਕਰਕੇ ਕਿਉਂਕਿ ਸਾਹਿਤਕ ਪ੍ਰੋਗਰਾਮਾਂ ਦੇ ਵਿੱਚ ਫੋਟੋਆਂ ਖਿੱਚੀਆਂ ਹੁੰਦੀਆਂ, ਅਤੇ ਸਾਹਿਤਕ ਪ੍ਰੋਗਰਾਮਾਂ ਦੇ ਵਿੱਚ ਅਸੀਂ ਐਗਜੀਬਿਸ਼ਨ ਲਾਉਂਦੇ ਹਾਂ ਫੋਟੋਆਂ ਦੀ, ਅਤੇ ਜਦੋਂ ਕਿਤੇ ਕੋਈ ਉਸ ਤਰ੍ਹਾਂ ਦਾ ਬੰਦਾ ਆ ਕੇ ਆਪਣੀ ਫੋਟੋ ਦੇਖਦਾ, ਕਿਉਂਕਿ ਉਹਨੂੰ ਤਾਂ ਪਤਾ ਨਹੀਂ ਹੁੰਦਾ ਕਿ ਮੇਰੀ ਫੋਟੋ ਖਿੱਚੀ ਗਈ ਹੈ, ਤਾਂ ਉਹ ਵੀ ਹੈਰਾਨ ਹੁੰਦੇ ਨੇ, ਅਤੇ ਜਦੋਂ ਉਹ ਐਪਰੀਸ਼ੀਏਟ ਕਰਦੇ ਨੇ ਆ ਕੇ ਸਾਨੂੰ, ਤਾਂ ਸਾਨੂੰ ਵੀ ਬਹੁਤ ਖੁਸ਼ੀ ਮਿਲਦੀ ਹੈ। ਜਿਵੇਂ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਵੱਡੇ ਚਿਹਰਿਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਡਾਕਟਰ ਨਵਸ਼ਰਨ ਕੌਰ ਦੀ ਫੋਟੋ ਲੱਗੀ ਹੋਈ ਹੈ, ਸਾਹਿਬ ਸਿੰਘ ਜੀ ਦੀਆਂ ਫੋਟੋਆਂ ਨੇ, ਅਤੇ ਹੋਰ ਬਹੁਤ ਸਾਰੇ ਨਾਮੀ ਜਿਹੜੇ ਸਾਡੇ ਸਾਹਿਤਕਾਰ ਨੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਜਾਂ ਸਮਾਜ ਦੇ ਵਿੱਚ ਕੁਝ ਚੰਗਾ ਕਰ ਰਹੇ ਨੇ ਲੋਕ, ਉਹਨਾਂ ਸਾਰਿਆਂ ਦੀਆਂ ਤਸਵੀਰਾਂ ਵੀ ਅਸੀਂ ਕਰਦੇ ਰਹਿੰਦੇ ਹਾਂ। ਕਦੇ ਫਿਰ ਐਂ ਨਹੀਂ ਪੰਗਾ ਪਿਆ, ਆਮ ਤੌਰ ਸਾਡੇ ਤਾਂ ਪੰਜਾਬ ਦੀ ਜੇ ਕਿਸੇ ਲੇਡੀ ਦੀ ਫੋਟੋ ਖਿੱਚੇਗੀ ਅਗਲੀ ਗੱਲ ਪੈ ਜੇ, ਕਹਿੰਦੇ ਤੂੰ ਫੋਟੋ ਲੱਗ ਰਿਹਾ ਕਰਨਾ, ਅਗਲੇ ਦਿਨ ਬਾਅਦ 'ਚ ਕਿਹਾ ਹੋਈ ਭਾਈ ਸੁਖਜੀਵ ਐਂ ਨਾ ਕਰਿਆ ਕਰ? ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ, ਅਤੇ ਸਗੋਂ ਲੋਕ ਖੁਸ਼ ਹੁੰਦੇ ਨੇ ਕਿ ਸੁਖਜੀਵਨ ਸਾਡੀ ਫੋਟੋ ਖਿੱਚ ਰਿਹਾ ਹੈਗਾ, ਅਤੇ ਬਹੁਤ ਨਹੀਂ ਪਤਾ ਉਸ ਤਰ੍ਹਾਂ ਦਾ ਨਹੀਂ ਹੁੰਦਾ। ਜੇ ਮੈਂ ਪਹਿਲਾਂ ਦੱਸਿਆ ਕਿ ਅਕਸਰ ਉਹਨਾਂ ਲੋਕਾਂ ਦੀ ਤਸਵੀਰ ਅਸੀਂ ਖਿੱਚਦੇ ਹਾਂ
ਜਿਹੜੇ ਪਹਿਲਾਂ ਹੀ ਚਰਚਿਤ ਹੁੰਦੇ ਨੇ, ਜਿਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਪਹਿਲਾਂ ਹੀ ਸਾਨੂੰ ਇਸ ਗੱਲ ਬਾਰੇ ਇਲਮ ਹੁੰਦਾ ਕਿ ਇਹਨਾਂ ਲੋਕਾਂ ਨੂੰ ਇਸ ਗੱਲ 'ਤੇ ਕੋਈ ਇਤਰਾਜ਼ ਨਹੀਂ ਹੋਏਗਾ। ਜੇਕਰ ਅਸੀਂ ਕਿਸੇ ਆਮ ਪਰਸਨ ਦੀ ਫੋਟੋ ਖਿੱਚ ਵੀ ਲੈਂਦੇ ਹਾਂ ਤਾਂ ਉਹ ਅਸੀਂ ਫਿਰ ਕਿਸੇ ਸੋਸ਼ਲ ਸਾਈਟ ਦੇ ਉੱਪਰ ਜਾਂ ਸੋਸ਼ਲ ਪਲੇਟਫਾਰਮ 'ਤੇ ਸਾਂਝੀ ਨਹੀਂ ਕਰਦੇ ਜਿੰਨੀ ਦੇਰ ਅਗਲਾ ਉਹਦੀ ਸਾਨੂੰ ਆਗਿਆ ਨਹੀਂ ਦਿੰਦਾ। ਵੱਡੀ ਉਮਰ ਹੰਢਾਉਣ ਤੋਂ ਬਾਅਦ 2014 ਜਾ ਕੇ ਫੋਟੋਗ੍ਰਾਫੀ ਕਰਦਾ, ਕੀ ਲੱਗਦਾ ਕਿਤੇ ਨਾ ਕਿਤੇ ਸਾਡੇ ਅਧਿਆਪਕ ਜਾਂ ਮਾਤਾ ਪਿਤਾ ਇਹ ਹੁਨਰ ਪਰਖਣ 'ਚ ਨਾਕਾਮਯਾਬ ਰਹਿੰਦੇ ਨੇ, ਬਹੁਤ ਸਾਰੇ ਵਿਦਿਆਰਥੀ ਇੰਝ ਰੁਲਦੇ ਨੇ? ਬਿਲਕੁਲ, ਇਸ ਤਰ੍ਹਾਂ ਦਾ ਬਹੁਤ ਕੁਛ ਹੁੰਦਾ। ਬਹੁਤ ਸਾਰੇ ਵਿਦਿਆਰਥੀ ਜੋ ਕਰਨਾ ਚਾਹੁੰਦੇ ਹੁੰਦੇ ਨੇ ਉਹ ਨਹੀਂ ਕਰ ਪਾਉਂਦੇ, ਜਾਂ ਉਹਨਾਂ ਦੇ ਜਿਹੜੇ ਸੁਪਨੇ ਹੁੰਦੇ ਨੇ ਉਹ ਮਾਪਿਆਂ ਦੀ ਇੱਛਾ ਥੱਲੇ ਦੱਬ ਕੇ ਰਹਿ ਜਾਂਦੇ ਨੇ, ਅਤੇ ਜਾਂ ਕਈ ਵਾਰੀ ਰੁਜ਼ਗਾਰ ਦੀ ਭਾਲ ਦੇ ਵਿੱਚ ਅਸੀਂ ਹੋਰ ਰਾਹ ਫੜ ਲੈਂਦੇ ਹਾਂ। ਅਤੇ ਸੋ ਖੈਰ ਦੇਰ ਆਏ ਦਰੁਸਤ ਆਏ, ਮੈਂ ਜਦੋਂ ਆਇਆ ਇਸ ਪਾਸੇ ਤਾਂ ਮੈਨੂੰ ਮਤਲਬ ਵਧੀਆ ਮੌਕੇ ਵੀ ਮਿਲੇ ਨੇ, ਅਤੇ ਵਧੀਆ ਕੰਮ ਵੀ ਲੋਕਾਂ ਨੇ ਐਪਰੀਸ਼ੀਏਟ ਵੀ ਕੀਤਾ, ਜਿਹੜਾ ਕੰਮ ਮੈਂ ਚੰਗਾ ਕਰਿਆ ਉਹਨੂੰ ਚੰਗਾ ਵੀ ਕਿਹਾ। ਅਤੇ ਇਹ ਮੇਲਾ ਜਿਹੜਾ ਕਲਾ ਮੇਲਾ ਲੱਗ ਰਿਹਾ, ਕਲਾ ਕਿਤਾਬ ਮੇਲਾ ਲੱਗ ਰਿਹਾ, ਤੁਸੀਂ ਵੀ ਇਸ ਨਾਲ ਜੁੜੇ ਰਹੇ ਹੋ ਪਿਛਲੇ ਸਮੇਂ ਦੌਰਾਨ, ਅਤੇ ਪਿਛਲੇ 25 ਸਾਲਾਂ ਦੇ ਵਿੱਚ ਇਸ ਮੇਲੇ ਦੀ ਕੋਸ਼ਿਸ਼ ਵੀ ਇਹੀ ਰਹੀ ਹੈ ਕਿ ਵਿਦਿਆਰਥੀ ਜੋ ਅਸਲ ਦੇ ਵਿੱਚ ਕਰਨਾ ਚਾਹੁੰਦੇ ਨੇ ਉਸ ਨਾਲ ਉਹਨਾਂ ਨੂੰ ਜੋੜਿਆ ਜਾਵੇ, ਉਹਨਾਂ ਦੀਆਂ ਕਲਾਵਾਂ ਨੂੰ ਸਾਹਮਣੇ ਲਿਆਂਦਾ ਜਾਵੇ, ਉਹਨਾਂ ਦੇ ਹੁਨਰਾਂ ਨੂੰ ਲੋਕਾਂ ਅੱਗੇ ਪੇਸ਼ ਕੀਤਾ ਜਾਵੇ। ਤੁਸੀਂ ਇੱਥੇ ਦੇਖ ਰਹੇ ਹੋ ਕਿ ਬਹੁਤ ਛੋਟੇ ਛੋਟੇ ਵਿਦਿਆਰਥੀਆਂ ਨੇ ਵੀ ਐਗਜੀਬਿਸ਼ਨਾਂ ਲਾਈਆਂ ਨੇ, ਕੁਛ ਕੈਲੀਗ੍ਰਾਫੀ ਦੀਆਂ ਐਗਜੀਬਿਸ਼ਨਾਂ ਨੇ ਉਹ ਵਿਦਿਆਰਥੀਆਂ ਨੇ ਲਾਈਆਂ ਨੇ, ਪੇਂਟਿੰਗਸ ਦੀਆਂ ਲਾਈਆਂ ਨੇ, ਅਤੇ ਕੁਛ ਵਿਦਿਆਰਥੀ ਇੱਥੇ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਲਾ ਰਹੇ ਨੇ, ਅਤੇ ਉਹਨਾਂ ਨੇ ਆਪਣੇ ਇਸ ਨੂੰ ਨਾਲ ਨਾਲ ਪੜ੍ਹਾਈ ਦੇ ਨਾਲ ਨਾਲ ਆਪਣੇ ਰੁਜ਼ਗਾਰ ਦਾ ਵਸੀਲਾ ਬਣਾਇਆ ਹੋਇਆ। ਹਰਪ੍ਰੀਤ ਕਿਹੜਾ ਪਿੰਡ ਹੈ? ਚੇਰਾਲੀ। ਹਰਪ੍ਰੀਤ ਕਿਉਂ ਕਰਦਾ ਫੋਟੋਗ੍ਰਾਫੀ? ਸ਼ੌਂਕ ਵਜੋਂ, ਮੈਨੂੰ ਸ਼ੌਂਕ ਹੈ ਜਿਹੜੇ ਆਪਣੇ ਪਿੰਡਾਂ 'ਚ ਜਿਹੜੀਆਂ ਚੀਜ਼ਾਂ ਨੂੰ ਨਕਾਰਿਆ ਜਾਂਦਾ, ਜਿਵੇਂ ਪੁਰਾਣੇ ਕਲਚਰ ਜਿਹੜਾ ਆਪਣਾ ਹੈਗਾ, ਦਰਵਾਜ਼ੇ ਹੋ ਗਏ ਪੁਰਾਣੇ, ਹੈ ਨਾ, ਉਹਨਾਂ ਕਰਕੇ ਮੈਨੂੰ ਐਂ ਆ ਵੀ ਆਪਦੀ ਫੋਟੋਗ੍ਰਾਫੀ 'ਚ ਮੈਂ ਉਹਨਾਂ ਨੂੰ ਸਾਂਭਾਂ। ਤਾਂ ਤੈਨੂੰ ਇਹ ਤੈਨੂੰ ਇਹ ਲੱਗਦਾ ਨਹੀਂ ਗਾ ਵੀ ਇਹ ਸ਼ੌਂਕ ਪ੍ਰੋਫੈਸ਼ਨ ਬਣ ਸਕਦਾ? ਤੈਨੂੰ ਲੱਗਦਾ ਵੀ ਇਹ ਰੋਟੀ ਬਣ ਸਕਦਾ ਮੇਰੀ? ਫਿਰ ਇੱਕ ਪਾਸੇ ਮੈਂ ਪਹਿਲੀ ਗੱਲ ਕੀਤੀ ਸੁਜੀਵਨ ਦੇ ਨਾਲ ਕਿ ਸਾਡੀ ਸਮੱਸਿਆ ਇਹ, ਅਸੀਂ ਐਜੂਕੇਸ਼ਨ ਹੋਰ ਲੈ ਰਹੇ ਹੁੰਦੇ ਹਾਂ, ਹਾਲਾਂਕਿ ਫੋਟੋਗ੍ਰਾਫੀ 'ਚ ਬਹੁਤ ਸਾਰੇ ਲੋਕ ਤਰੱਕੀ ਕਰਦੇ ਨੇ, ਤੈਨੂੰ ਕਿਉਂ ਲੱਗਦਾ ਫਿਰ ਇਹ ਜਿਹੜੀ ਕਰਨੀ ਪੈ ਰਹੀ ਹੈ? ਨਹੀਂ, ਮੈਂ ਸ਼ੌਂਕ ਵਜੋਂ ਫੋਟੋਗ੍ਰਾਫੀ ਸ਼ੁਰੂ ਕੀਤੀ ਸੀ, ਮੈਂ ਇੰਨਾ ਯਾਨੀ ਕਿ ਪ੍ਰੋਫੈਸ਼ਨਲ ਤੌਰ 'ਤੇ ਵੀ ਹਜੇ ਮੈਂ ਉਹ ਨਹੀਂ ਹੈਗਾ ਫੋਟੋਗ੍ਰਾਫੀ 'ਚ, ਜ਼ਰੂਰ ਸਿੱਖ ਰਿਹਾ, ਪਰ ਐਂ ਆ ਵੀ ਹਾਂ ਕੁਝ ਕੁ ਹੈਗੇ ਨੇ ਵੀ ਜਿਹੜੇ ਇੱਕ ਪੇਸ਼ੇ 'ਚ ਇਸ ਵਿੱਚ ਵੀ ਵਧੀਆ ਕਮਾਈ ਹੈਗੀ ਹੈ ਅਤੇ ਪ੍ਰੋਫੈਸ਼ਨ ਅਪਣਾ ਰਹੇ ਨੇ। ਤਾਂ ਮੈਂ ETT ਵੈਸੇ ਮੇਰਾ ਸ਼ੌਂਕ ਸੀਗਾ, ਮੇਰਾ ਅਧਿਆਪਕ ਬਣਨ ਦਾ, ਤਾਂ ਮੈਂ ਤਾਂ ਕਰੀ ਹੈ ETT ਤਾਂ ਕਰ। ਕਿਹੋ ਜਿਹੀ ਫੋਟੋਗ੍ਰਾਫੀ ਕਰਨਾ ਪਸੰਦ ਕਰਦਾ? ਪਿੰਡਾਂ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਆਮ ਆਪਣੇ ਕਲਚਰ ਸੰਬੰਧਿਤ, ਉਹ ਮੈਨੂੰ ਜ਼ਿਆਦਾਤਰ ਵਧੀਆ ਲੱਗਦੀ ਹੈ ਫੋਟੋਗ੍ਰਾਫੀ ਕਰਨ। ਤੁਸੀਂ ਸੁਣਿਆ ਸੁਖਜੀਵਨ ਅਤੇ ਹਰਪ੍ਰੀਤ ਨੂੰ, ਸੁਖਜੀਵਨ ਨੂੰ ਬਹੁਤ ਨੇੜਿਓਂ ਜਾਣਦੇ ਹਾਂ, ਸੁਖਜੀਵਨ ਦਾ ਇੱਕ ਆਪਣਾ ਸੰਘਰਸ਼ ਹੈ ਜ਼ਿੰਦਗੀ ਦਾ, ਪਰ ਸੁਖਜੀਵਨ ਨੇ ਅੱਜ ਜੋ ਮੁਕਾਮ ਹਾਸਲ ਕੀਤਾ ਅਧਿਆਪਕ ਦੇ ਵਿੱਚ, ਇੱਕ ਚੰਗਾ ਅਧਿਆਪਕ ਬਣ ਕੇ ਉਭਰਿਆ, ਉਸ ਦੀਆਂ ਤਸਵੀਰਾਂ ਨੂੰ ਲੋਕਾਂ ਵੱਲੋਂ ਮਾਣਾ ਮੋਹੀ ਪਿਆਰ ਦਿੱਤਾ ਜਾਂਦਾ, ਸੋ ਜ਼ਰੂਰਤ ਹੈ ਸਾਡੇ ਇਸ ਪੰਜਾਬ ਦੇ ਉਹਨਾਂ ਨੌਜਵਾਨਾਂ ਦੇ ਹੁਨਰ ਨੂੰ ਪਹਿਚਾਨਣ ਦੀ। ਸਾਡੇ ਮਾਤਾ ਪਿਤਾ, ਸਾਡੇ ਅਧਿਆਪਕ ਸਾਹਿਬਾਨ ਅਕਸਰ ਇਹ ਗਲਤੀਆਂ ਕਰ ਜਾਂਦੇ ਨੇ ਕਿ ਵਿਦਿਆਰਥੀ ਜੋ ਬਣਨਾ ਚਾਹੁੰਦਾ, ਵਿਦਿਆਰਥੀ ਜੋ ਕਰਨਾ ਚਾਹੁੰਦਾ, ਅਸੀਂ ਉਹਨੂੰ ਉੱਧਰ ਤੋਰਦੇ ਨਹੀਂ, ਸਾਡੀਆਂ ਮਜਬੂਰੀਆਂ ਇਹ ਬਣਦੀਆਂ ਨੇ ਕਿ ਅਸੀਂ ਰੁਜ਼ਗਾਰ ਦੀ ਆੜ ਹੇਠ ਉਹਦੇ ਹੁਨਰ ਨੂੰ ਮਾਰ ਦਿੰਦੇ ਹਾਂ। ਸੋ ਇਹਨਾਂ ਚੀਜ਼ਾਂ ਨੂੰ, ਇਹਨਾਂ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ। ਬਣੇ ਰਹੋ ਸਿਰਲੇਖ ਦੇ ਨਾਲ।